ਚਿਤੰਬਰਾ ਪਿੰਡ ਹੈ ਜੀ। ਇਹ ਸੜਕ ਦਾ ਬੜਾ ਹੀ ਮਾੜਾ ਹਾਲ ਹੈ। ਅਸੀਂ ਤਾਂ ਮੇਰੇ ਖਿਆਲ 'ਚ 40-45 ਸਾਲ ਦੀ ਸਾਡੀ ਉਮਰ ਹੋ ਗਈ, ਅਸੀਂ ਤਾਂ ਬਣਦੀ ਵੇਖੀ ਨਹੀਂ ਕਦੀ। ਜੇ ਬਣੀ ਵੀ ਆ ਕਿਤੋਂ ਤਾਂ ਥੋੜ੍ਹੇ ਥੋੜ੍ਹੇ ਪੀਸ 2-2 ਕਿਲੋਮੀਟਰ ਦੇ ਹੱਦ, ਕਿਤੇ ਕਦੀ ਕਿਤੇ ਕਦੀ ਕਿਤੇ। ਪ੍ਰੋਪਰ ਪੂਰੀ ਸੜਕ 'ਤੇ ਅੱਜ ਤੱਕ ਲੁੱਕ ਬਜਰੀ ਅਸੀਂ ਨਹੀਂ ਪੈਂਦੀ ਵੇਖੀ। ਇੱਕ ਸੜਕ, ਇੱਕ ਪੁਲ ਨੇ, ਪੁਲਾ ਜੇ ਸੰਗਤਪੁਰੇ ਵਾਲਾ ਬਣਿਆ, ਇਹ ਵੀ ਬਹੁਤ ਗਲਤ ਬਣਿਆ ਮੇਰੇ ਹਿਸਾਬ ਨਾਲ। ਇੱਥੇ ਨਾ ਜਿਹਨੂੰ ਕਹਿੰਦੇ ਨਾ ਇੰਜੀਨੀਅਰਿੰਗ ਫੇਲ ਆ, ਇਹ ਪੁਲ 'ਤੇ ਬੜੀਆਂ ਮੌਤਾਂ ਹੋਈਆਂ। ਪਰਲੇ ਪਾਸੇ ਉਹ ਬੰਦਾ ਆਉਂਦਾ ਅਤੇ ਟੇਢਾ ਸਿੱਧਾ ਵੱਜ ਜਾਂਦਾ ਵਿੱਚ, ਇੱਧਰੋਂ ਜਾਂਦਾ ਤਾਂ ਟੇਢਾ ਸਿੱਧਾ ਵੱਜ ਜਾਂਦਾ ਵਿੱਚ। ਹੁਣ ਜਿਵੇਂ ਨਵੇਂ ਸਿਰਿਓਂ ਬਣਿਆ, ਇਹਦਾ ਵਾਲ ਵਿੰਗ ਕੱਢਣ ਦਾ ਮੌਕਾ ਸੀਗਾ, ਪਰ ਸਰਕਾਰ ਨੇ ਇਹਨੂੰ ਵੀ ਅੱਖੋਂ ਪਰੋਖੇ ਕਰਤਾ, ਮਤਲਬ ਵਧੀਆ ਨਹੀਂ ਕੀਤਾ, ਪੁਲ ਸਹੀ ਨਹੀਂ ਬਣਿਆ। ਦੂਸਰਾ ਇੱਕ ਉੱਥੇ ਮੁਰਾਦਪੁਰੇ ਲਾਗੇ ਪੁਲ ਆ, ਉਹ ਵੀ ਜਿਉਂ ਦਾ ਤਿਉਂ ਹੀ ਆ। ਉੱਥੇ ਵੀ ਇੱਕ ਦਿਨ ਸਾਡੇ ਪਰਸੋਂ ਚੌਥ ਦੇ ਮੁੰਡਾ ਪਿੰਡ ਦਾ ਵੱਜ ਗਿਆ, ਇੱਕ ਆਟੋ ਦੇ ਵਿੱਚ ਕਾਰ ਵੱਜ ਗਈ ਉਹਦੇ, ਉੱਥੋਂ ਉਛਲ ਗਈ। ਉਹਦੇ ਵੱਲ ਵੀ ਕੋਈ ਧਿਆਨ ਨਹੀਂ ਗਾ। ਇੱਕ ਸੜਕ ਦੇ ਨਾਲ ਨਾਲ ਮੁੱਦਾ ਸਾਡਾ ਸਪਰਿੰਗਡੇਲ ਸਕੂਲ ਦਾ ਵੀ ਬੜਾ ਤਗੜਾ ਹੈ। ਉੱਥੇ ਜਿੰਨੇ ਜਿਹੜੇ ਹੀ ਅਫਸਰ ਲੋਕਾਂ ਨੂੰ ਕਾਨੂੰਨ ਸਿਖਾਉਂਦੇ ਨੇ, ਸ਼ਹਿਰ ਦੇ ਵਿੱਚ ਕਾਨੂੰਨ ਪ੍ਰਤੀ ਸੁਚੇਤ ਕਰਦੇ ਨੇ, ਉਹਨਾਂ ਦੇ ਪਰਿਵਾਰ ਆਣ ਕੇ ਅਤੇ ਰੂਲ ਤੋੜਦੇ ਆ। ਸੜਕ ਦੇ ਵਿੱਚ ਗੱਡੀ ਲਾ ਕੇ ਤੁਰ ਜਾਂਦੇ ਆ, ਕੋਈ ਪਤਾ ਹੀ ਨਹੀਂ ਕਿਸੇ ਕਿੱਥੋਂ ਕਿਸੇ ਨੇ ਟਰਨ ਕਰਨਾ। ਬਹੁਤ ਜ਼ਿਆਦਾ ਮਤਲਬ ਸਾਡਾ ਗੜਾ ਵਿੱਚ ਸਾਇਆ ਕਿ ਅਸੀਂ ਤੇਲ ਇਹਨਾਂ ਦਾ ਫੁੱਕੀਏ, ਘੰਟਾ ਘੰਟਾ 2-2 ਘੰਟੇ ਜਾਮ 'ਚ ਫਸੇ ਰਹੀਏ। ਇਹਦਾ ਵੀ ਪ੍ਰੋਪਰ ਹੱਲ ਕਰਨਾ ਚਾਹੀਦਾ। ਇਹਦੇ ਸੜਕ ਤੋਂ ਇਲਾਵਾ ਬਾਹਰੋਂ ਆਉਣ ਵਾਲਿਆਂ ਲਈ ਵੀ ਇਹ ਬੜਾ ਮਤਲਬ ਕਿ ਗੰਦਾ ਮੈਸੇਜ ਸਕੂਲ ਦਾ ਜਿਹੜਾ ਨਾ ਉੱਤੇ ਮੁੱਦਾ ਆ। ਮਤਲਬ ਇਹ ਟ੍ਰੈਫਿਕ ਦਾ ਕੋਈ ਹੱਲ ਸਰਕਾਰ ਨੂੰ ਪ੍ਰੋਪਰ ਕਰਨਾ ਚਾਹੀਦਾ। ਬਾਕੀ ਸਾਡੇ ਚੇਤਨਪੁਰੇ ਦੇ ਸਰਦਾਰ ਕਾਮਰੇਡ ਆਪਣਾ ਸੋਹਣ ਸਿੰਘ ਜੋਸ਼ ਜੀ, ਉਹਨਾਂ ਦੇ ਨਾਂ 'ਤੇ ਕਾਮਰੇਡ ਸੋਹਣ ਸਿੰਘ ਜੋਸ਼ ਮਰ ਗਏ, ਇਸ ਸੜਕ ਦਾ ਨਾਂ ਹੈ। ਬੜੀ ਕੁਰਬਾਨੀ ਉਹਨਾਂ ਦੀ, ਬਟ ਉਹਨਾਂ ਦੇ ਉਸ ਜਿਹੜੀ ਦੇਸ਼ ਪ੍ਰਤੀ ਦੇਣ ਆ ਉਹਨੂੰ ਅੱਖੇ ਪੁਰੱਖੇ ਕੀਤਾ ਜਾ ਰਿਹਾ ਇਹਨੂੰ ਸੜਕ ਦੀ ਅਣਦੇਖੀ ਕਰਕੇ। ਅੱਗੇ ਵੀ ਦੱਸ ਚੁੱਕੇ ਹਾਂ ਕਿ ਅੰਮ੍ਰਿਤਸਰ ਤੋਂ ਫਤਿਹਗੜ੍ਹ ਚੂੜੀਆਂ ਨੂੰ ਛੜਕ ਜਾਂਦੀ ਆ, ਅੱਗੇ ਧਿਆਨਪੁਰ, ਡੇਰਾ ਬਾਬਾ ਨਾਨਕ, ਰਮਦਾਸ, ਇਹ ਅਜਨਾਲਾ ਨੂੰ, ਸਾਰੀਆਂ ਸੜਕਾਂ ਨੂੰ, ਮਤਲਬ ਇਹ ਸੜਕ ਜਿਹੜੀ ਆ ਸਾਰੇ ਇਲਾਕਿਆਂ ਨੂੰ ਇਹ ਜੋੜਦੀ ਆ। ਸੜਕ ਦੀ ਜਿਹੜੀ ਹਾਲਾਤ ਹੈ ਇਹ ਦੱਸ ਚੁੱਕੇ ਵੀਰ ਬਹੁਤ ਹੀ ਜ਼ਿਆਦਾ ਮਾੜੀ ਆ, ਬਹੁਤ ਹੀ ਜ਼ਿਆਦਾ ਮਾੜੀ ਆ। ਕਿਉਂਕਿ ਅਸੀਂ ਮਤਲਬ ਹਾਰ ਕੇ, ਕਿਉਂਕਿ ਬਹੁਤ ਸਾਰੇ ਇੱਥੇ ਸਾਥੀ ਬੋਲ ਕੇ ਗਏ ਨੇ ਕਿ ਅਸੀਂ ਬੜਾ ਉਪਰਾਲੇ ਕੀਤੇ ਨੇ, ਸਾਨੂੰ ਇਹਦਾ ਵਿਸ਼ਵਾਸ ਦਵਾ ਜਾਂਦੇ, ਲੇਕਿਨ ਮੁੜ ਕੇ ਕੋਈ ਆਉਂਦਾ ਨਹੀਂ ਆ। ਲੇਕਿਨ ਹੁਣ ਜਿਹੜੀ ਜ਼ਿੰਮੇਵਾਰੀ ਲਈ ਹੈ ਇਹਦੀ ਉਗਰਾਹ ਜਥੇਬੰਦੀ ਨੇ ਲਈ ਆ, ਲੇਕਿਨ ਉਹਦੇ ਵਿੱਚ ਅਸੀਂ 3 ਤਰੀਕ ਨੂੰ ਧਰਨਾ ਲਾਇਆ ਸੀ, ਲੇਕਿਨ ਕੱਲ੍ਹ ਅਸੀਂ ਚੰਡੀਗੜ੍ਹ ਵੀ ਗਏ ਸੀ। ਚੰਡੀਗੜ੍ਹ ਵੀ ਆਪਾਂ ਜ਼ਿਲ੍ਹੇ ਦੇ ਨਾਲ ਗੱਲਬਾਤ ਕਰਕੇ ਆਏ ਕਿ ਮਤਲਬ ਪ੍ਰਧਾਨ ਜੀ ਇਹ ਸੜਕ ਜਿਹੜੀ ਉਹ ਨਹੀਂ ਬਣ ਰਹੀ, ਇਹ 'ਤੇ ਧਿਆਨ ਦਿੱਤਾ ਜਾਵੇ, ਜਥੇਬੰਦੀ ਪੂਰਾ ਇਹਦੇ ਉੱਤੇ ਫੋਕਸ ਕਰੂਗੀ। ਅੱਜ ਵੀ ਅਸੀਂ ਹੁਣੇ ਤੁਸੀਂ ਟੱਕਰ ਪਿਓ ਸਾਨੂੰ, ਅਸੀਂ ਤੁਹਾਡੇ ਕਹਿਣ 'ਤੇ ਨਹੀਂ ਆਏ। ਕੋਈ ਇਹ ਨਾ ਕਹੇ ਕਿ ਜਥੇਬੰਦੀ ਨੂੰ ਪੱਤਰਕਾਰਾਂ ਨੇ ਬੁਲਾਇਆ, ਅਸੀਂ ਨਹੀਂ ਇਸ ਤਰ੍ਹਾਂ ਕਿ ਅਸੀਂ ਅੱਗੇ ਜਾ ਰਹੇ ਸੜਕ ਦਾ ਕੰਮ ਵੇਖਣ ਜਾ ਰਹੇ ਸੀ ਤਾਂ ਤੁਸੀਂ ਸਾਨੂੰ ਕੁਦਰਤੀ ਮਿਲ ਗਏ ਹੋ ਅਤੇ ਅਸੀਂ ਇਹ ਤੁਹਾਨੂੰ ਆਪਣੇ ਵਿਚਾਰ ਦੱਸਿਆ। ਸੜਕ ਜਿਹੜੀ ਹੈ ਖੂਨੀ ਸੜਕ ਦੇ ਨਾਂ 'ਤੇ ਜਾਣਿਆ ਜਾਂਦਾ ਇਹਨੂੰ। ਬਹੁਤ ਸਾਰੇ ਆਏ ਦਿਨ ਐਕਸੀਡੈਂਟ ਹੋਣ ਡਏ ਆ, ਆਏ ਦਿਨ ਮੌਤਾਂ ਹੁੰਦੀਆਂ ਵਾ, ਮਾਵਾਂ ਦੇ ਪੁੱਤ ਜਾ ਰਹੇ ਆ। ਅੱਗੇ ਥੋੜ੍ਹੇ ਹੀ ਦਿਨ ਹੋਏ ਆ ਪਿਛਲੇ ਇਸੇ ਮਹੀਨੇ ਦੀ ਮੇਰੇ ਖਿਆਲ ਕਰ ਲਿਆ, ਡਿਸਟ੍ਰਿਕਟ ਬੱਸ ਦੇ ਵਿੱਚ ਇੱਧਰ ਧਿਆਨਪੁਰ ਕੋਟਲੀ ਦੇ ਲਾਗੇ ਦਰਗਾਹਬਾਰ ਪਿੰਡ ਆ ਕੇ ਜਿਹੜੇ ਪਿਓ ਪੁੱਤ ਜਾਣ ਡੇ ਸੀ, ਇਸ 26 ਤਰੀਕ ਨੂੰ ਉਹਨਾਂ ਦੀ ਮੈਰਿਜ ਸੀ ਅਤੇ ਉਹ ਮੁੰਡਾ ਮੌਕੇ 'ਤੇ ਹੀ ਉਹਦੀ ਡੈਥ ਹੋ ਗਈ, ਐਕਸੀਡੈਂਟ ਦੇ ਨਾਲ ਮੌਤ ਦੇ ਕਾਰਨ ਹੋ ਰਹੇ ਆ। ਬਹੁਤ ਹੀ ਜ਼ਿਆਦੀਆਂ ਜਾਨਾਂ ਜਾ ਚੁੱਕੀਆਂ ਵਾ, ਅਸੀਂ ਤਾਂ ਸਰਕਾਰ ਗਾੜੀ ਇਹੋ ਅਪੀਲ ਕਰਾਂਗੇ ਅਤੇ ਜਲਦੀ ਤੋਂ ਜਲਦੀ ਜਿਹੜਾ ਇਹਦਾ ਕੰਮ ਕੀਤਾ ਜਾਵੇ। ਕਿਉਂਕਿ ਐਕਸਨ ਨੇ ਵੀ ਸਾਨੂੰ ਉਹਦੇ ਵਿਸ਼ਵਾਸ ਦਵਾਇਆ ਸੀ, SC ਨੇ ਵੀ ਵਿਸ਼ਵਾਸ ਦਵਾਇਆ ਸੀ ਕਿ ਅਸੀਂ 3 ਤਰੀਕ ਤੱਕ ਕੰਪਲੀਟ ਕਰ ਲਾਂਗੇ ਅਤੇ ਅੱਜ 29 ਤਰੀਕ ਆ, ਤੁਸੀਂ ਆਪੇ ਲਾ ਲਓ, ਦਿਨ 4 ਰਹਿ ਗਏ ਆ। ਔਰ 4 ਤਰੀਕ ਤੋਂ ਬਾਅਦ ਫਿਰ ਆਪਾਂ ਜ਼ਿਲ੍ਹੇ ਦੇ ਨਾਲ ਗੱਲਬਾਤ ਕਰਕੇ ਫਿਰ ਵੱਡੇ ਕਦਮ ਚੁੱਕਾਂਗੇ।